ਕੋਆਰਡੀਨੇਟਸ ਆ ਆਪਰੇਸ਼ਨ ਦਾ ਅੱਜ ਕੀ ਕੀ ਚੀਜ਼ਾਂ ਚੈੱਕ ਕਰ ਰਹੇ ਹੋ ਮੇਨਲੀ? ਇਸ ਦੇ ਵਿੱਚ ਮੇਨਲੀ ਐਂਟੀ ਸੋਸ਼ਲ ਐਲੀਮੈਂਟਸ, ਡਰੱਗਸ, ਗੈਂਗਸਟਰਸ, ਇਹ ਬੇਸਿਕਲੀ ਕੋਆਰਡੀਨੇਟ ਸਰਚ ਆਪਰੇਸ਼ਨ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਬਣਾਉਣ ਲਈ ਕੀਤਾ ਜਾ ਰਿਹਾ ਕਿ ਅਸੀਂ ਕੋਆਰਡਨ ਕਰਾਂਗੇ। ਜਿਵੇਂ ਈਸ਼ਵਰ ਸਿੰਘ ਸਾਹਿਬ ਨੇ ਬਰੀਫ ਕੀਤਾ ਕਿ ਬਹੁਤ ਪੋਲਾਈਟਲੀ ਜਿਹੜੇ ਫਰੈਂਡਲੀ ਤਰੀਕੇ ਨਾਲ ਅਸੀਂ ਲੋਕਾਂ ਨਾਲ ਇੰਟਰੈਕਟ ਕਰਾਂਗੇ, ਐਂਡ ਦ ਮੇਨ ਪਰਪਜ਼ ਇਜ਼ ਟੂ ਚੈੱਕ ਦੀ ਮੂਵਮੈਂਟ ਆਫ ਬੈਡ ਐਲੀਮੈਂਟਸ। ਜਦੋਂ ਪੁਲਿਸ ਦੀ ਮੂਵਮੈਂਟ ਹੁੰਦੀ ਹੈ, ਨਾਕੇ ਲੱਗਦੇ ਹੈ, ਪੈਟਰੋਲਿੰਗ ਹੁੰਦੀ ਹੈ, ਹਾਊਸ ਟੂ ਹਾਊਸ ਚੈਕਿੰਗ ਕਰਾਂਗੇ ਵਿਦਆਊਟ ਵੈਰੀਫਿਕੇਸ਼ਨ। ਜਿਹੜੇ ਸ਼ੱਕੀ ਕਿਸਮ ਦੇ ਅਨਸਰ ਰਹਿ ਰਹੇ ਹੈ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹ ਵੈਰੀਫਾਈ ਕਰਾਂਗੇ। ਜਿੱਥੇ ਕੋਈ ਇਤਰਾਜ਼ਯੋਗ ਵਸਤੂ ਮਿਲੂਗੀ, ਐਸ ਪਰ ਲਾਅ ਕਾਰਵਾਈ ਕੀਤੀ ਜਾਊਗੀ, ਜੇ ਕਿਸੇ ਡਰੱਗਸ ਦੀ, ਵੈਪਨਸ ਦੀ ਰਿਕਵਰੀ ਹੁੰਦੀ ਹੈ। ਸੋ ਦਾ ਆਈਡੀਆ ਇਜ਼ ਕਿ ਪੁਲਿਸ ਐਕਟਿਵ ਹੋਵੇ, ਪੁਲਿਸ ਮੋਬਾਈਲ ਹੋਵੇ, ਲੋਕਾਂ ਨਾਲ ਪੁਲਿਸ ਦਾ ਰਾਫਤਾ ਹੋਵੇ, ਤੇ ਇਸ ਤਰ੍ਹਾਂ ਦੇ ਆਪਰੇਸ਼ਨ ਟਾਈਮ ਟੂ ਟਾਈਮ ਅਸੀਂ ਕਰਦੇ ਰਹਾਂਗੇ। ਫਿਲਹਾਲ ਗੌਰਵ ਯਾਦਵ ਡਾਇਰੈਕਟਰ ਜਨਰਲ ਆਫ ਪੁਲਿਸ ਬਣੇ ਨੇ, ਉਹਨਾਂ ਨੇ ਚਾਰ ਸਾਂਭੇ ਹੈ, ਅਤੇ ਬੀਇੰਗ ਡੀ ਜੀ ਪੀ ਕੀ ਪ੍ਰਾਇਓਰਟੀਜ਼ ਤੁਹਾਡੀਆਂ ਰਹਿਣ ਵਾਲੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ? ਖਾਸ ਕਰ ਪਿਛਲੇ ਦਿਨਾਂ ਦਾ ਜਿਹੜਾ ਟਾਈਮ ਦੇਖੀਏ, ਲਾਅ ਐਂਡ ਆਰਡਰ ਦੇ ਕਾਫੀ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇਸ਼ੂਜ਼ ਹੋ ਰਹੇ ਨੇ, ਸਾਡੀ ਮੇਨ ਪ੍ਰਾਇਓਰਟੀ ਜਿਵੇਂ ਪਹਿਲੇ ਵੀ ਕਿਹਾ, ਡਰੱਗਸ, ਗੈਂਗਸਟਰਸ ਅਤੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ। ਅਸੀਂ ਪੰਜਾਬ ਦੇ ਵਿੱਚੋਂ ਗੈਂਗਸਟਰਸ ਨੂੰ ਖਤਮ ਕਰ ਦਾਂਗੇ, ਡਰੱਗਸ 'ਤੇ ਨੱਥ ਪਾਵਾਂਗੇ। ਇਹ ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਹੈਗੇ, ਸਰਕਾਰ ਦੇ ਡਾਇਰੈਕਸ਼ਨਸ ਹੈ। ਇਸ ਦੇ ਮੁਤਾਬਿਕ ਪੁਲਿਸ ਫੋਰਸ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰੂਗੀ। ਸਾਡਾ ਫੋਕਸ ਬੇਸਿਕ ਪੁਲਿਸਿੰਗ 'ਤੇ ਵੀ ਹੈਗਾ ਕਿ ਥਾਣਿਆਂ ਨੂੰ ਮਜ਼ਬੂਤ ਕੀਤਾ ਜਾਵੇ। ਜਿਹੜੇ ਪੁਲਿਸ ਦੇ ਕੰਮ ਹੈਗੇ, ਥਾਣਿਆਂ ਦੇ ਇੰਸਪੈਕਸ਼ਨ ਹੋਣੇ ਚਾਹੀਦੇ, ਮੈਨਪਾਵਰ ਸਫੀਸ਼ੀਐਂਟ ਹੋਣੀ ਚਾਹੀਦੀ, ਪੁਲਿਸ ਆਫਿਸਰਸ ਦੇ ਵੈਲਫੇਅਰ 'ਤੇ ਧਿਆਨ ਦਿੱਤਾ ਜਾਊਗਾ। ਅਤੇ ਅਸੀਂ ਇੱਕ ਕੰਪ੍ਰੀਹੈਂਸਿਵ ਤਰੀਕੇ ਨਾਲ ਪਲਾਨ ਕਰਕੇ ਕੁਆਲਿਟੀ ਆਫ ਪੁਲਿਸਿੰਗ ਇੰਪਰੂਵ ਕਰਾਂਗੇ, ਤਾਂ ਕਿ ਲੋਕਾਂ ਨੂੰ ਇੱਕ ਵਧੀਆ ਪੁਲਿਸਿੰਗ, ਬੈਟਰ ਪੁਲਿਸਿੰਗ ਦਿੱਤੀ ਜਾ ਸਕੇ। ਮੁਲਾਜ਼ਮ ਬਹੁਤ ਘੱਟ ਨੇ ਹਾਂਜੀ, ਅਸੀਂ ਰਿਕਰੂਟਮੈਂਟ ਕਰ ਰਹੇ ਹੈਗੇ ਜੀ, 10,000 ਵੈਕੈਂਸੀਆਂ ਹੈ ਜੀ। ਸੋ ਕਾਫੀ ਸ਼ੋਰਟੇਜ ਹੈ ਜਿਹੜੀ ਪੂਰੀ ਕੀਤੀ ਜਾ ਰਹੀ ਹੈ ਜੀ, ਅਤੇ ਸ਼ੀਘਰ ਹੀ ਥਾਣਿਆਂ 'ਚ ਨਫਰੀ ਜਿਹੜੀ ਵਧਾਈ ਜਾਊ। ਫਸਟਲੀ ਅਗਰ ਡਰੱਗਸ ਦੀ ਗੱਲ ਕਰੀਏ ਸਰ, ਅਤੇ ਡਰੱਗਸ ਨੂੰ ਲੈ ਕੇ ਕੀ ਕੰਪ੍ਰੀਹੈਂਸਿਵ ਸਟ੍ਰੈਟਜੀ ਲੈ ਕੇ ਆ ਰਹੇ ਹੋ? ਕਿਉਂਕਿ ਡਰੱਗਸ ਦਾ ਇਸ਼ੂ ਬਹੁਤ ਬੜਾ ਹੈ, ਕਾਫੀ ਇੰਟਰੈਂਸਡ ਹੈ, ਨੀਚੇ ਗਰਾਊਂਡ ਤੱਕ ਜਿਹੜਾ ਹੈ ਪ੍ਰੋਬਲਮ ਹੈ, ਕਾਫੀ ਜਗ੍ਹਾ ਕਈ ਜਗ੍ਹਾ ਪੁਲਿਸ ਦੀ ਇਨਵੋਲਵਮੈਂਟ ਵੀ ਆ ਜਾਂਦੀ ਹੈ, ਕਾਰਟਲਸ ਜਿਹੜੇ ਨੇ ਉਹ ਬੜੇ ਸਟਰੋਂਗ ਨੇ। ਤੁਸੀਂ ਦੇਖਿਆ ਹੋਣਾ ਜੀ, ਅਸੀਂ ਆਪਣੇ ਹੀ ਅਫਸਰ ਨੂੰ ਇੱਕ ਪਿੱਛੇ ਗ੍ਰਿਫਤਾਰ ਕੀਤਾ ਸੀਗਾ, ਅਤੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਟੂਵਰਡਸ ਮਿਕਸਿੰਗ ਅਪ। ਜੇ ਕੋਈ ਵੀ ਪੁਲਿਸ ਅਫਸਰ ਡਰੱਗਸ ਨਾਲ ਮਿਕਸ ਅਪ ਹੈ, ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਪੁਲਿਸ ਦਾ ਮੇਨ ਰੋਲ ਐਨਫੋਰਸਮੈਂਟ ਵੱਲ ਹੁੰਦਾ ਹੈ, ਅਸੀਂ ਫਾਰਵਰਡ ਅਤੇ ਬੈਕਵਰਡ ਲਿੰਕੇਜ, ਡਰੱਗਸ ਦੀ ਸਪਲਾਈ ਕਿੱਥੋਂ ਆਉਂਦੀ ਹੈ, ਜਿਵੇਂ ਆਹ ਲੋਕੈਲਿਟੀ ਹੈ ਵੀ ਇੱਥੇ ਕੋਈ ਡਰੱਗ ਵੇਚਦਾ ਹੈ, ਇਹਦੇ ਕੋਲ ਡਰੱਗ ਕਿੱਥੋਂ ਆਉਂਦਾ ਜੀ, ਉਹਨੂੰ ਫੜਾਂਗੇ, ਫਿਰ ਉਸ ਦੇ ਪਿੱਛੇ ਜਾਵਾਂਗੇ ਜੀ, ਉਸ ਬੰਦੇ ਨੂੰ ਡਰੱਗ ਕਿੱਥੋਂ ਆਉਂਦਾ, ਅਤੇ ਪੂਰੀ ਸਪਲਾਈ ਚੇਨ ਨੂੰ ਐਕਸਪੋਜ਼ ਕਰਾਂਗੇ ਅਤੇ ਬ੍ਰੇਕ ਕਰਾਂਗੇ।